ਹਾਂਜੀ ਅਸੀਕਾ ਸਾਰਿਆਂ ਨੂੰ ਕੀ ਹਾਲ ਚਾਲ 29 ਅਪ੍ਰੈਲ 2023 ਦਿਨ ਹੋ ਗਿਆ ਛਨੀਵਾਰ ਹਾਜ਼ਰਾ ਸੀਵੀਅਲ ਲੈ ਕੇ ਤੁਹਾਡੇ ਵਾਸਤੇ ਇਟਾਲੀ ਖ਼ਬਰਾਂ ਪੰਜਾਬੀ ਦੇ ਵਿੱਚ ਤੇ ਖ਼ਬਰਾਂ ਨੂਲੇਓਸ ਚੰਗੀਆਂ ਤੇ ਖ਼ਬਰਾਂ ਇਟਲੀ ਦੇ ਬੋਲ ਸੰਗੀਆਂ ਤੇ ਖ਼ਬਰਾਂ ਇਟਲੀ ਦੀਆਂ ਇਟਾਲੀਆ ਖ਼ਬਰਾਂ ਟਰਾਂਸਲੇਟ ਕਰਕੇ ਪੰਜਾਬੀ ਦੇ ਵਿੱਚ ਤੁਹਾਨੂੰ ਦੱਸਦੇ ਆ ਸਭ ਤੋਂ ਪਹਿਲਾਂ ਤਾਂ ਗੁੱਡ ਨਿਊਜ਼ ਜਿਹੜੇ ਮੇਰੇ ਵੀਰਾਂ ਨੇ ਪੇਪਰ ਭਰੇ ਵੇਆ 27 ਤਰੀਕ ਨੂੰ ਜਿਹੜੇ ਮੇਰੇ ਵੀਰਾਂ ਦੇ ਪੇਪਰ ਕਲਿੱਕ ਹੋਏ ਸੀਗੇ 27 ਮਾਰਚ ਨੂੰ ਤੇ ਉਹ ਜਿਹੜੇ ਨੂਲੇਓਸ ਤੇ ਨਿਕਲਦੇ ਆ ਉਹਨਾਂ ਦੀ ਗੁੱਡ ਨਿਊਜ਼ ਤੁਹਾਨੂੰ ਪਤਾ ਕਰਾਂ ਆਪਣੇ ਦੋਨਾਂ ਚੈਨਲ ਤੇ ਜਾਂ ਇਸ ਤੇ ਜੋ ਆਪਣਾ ਦੂਸਰਾ ਚੈਨਲ ਬਤਨ ਦੁਰ ਪੰਜਾਬੀ ਤੇ ਅਪ ਟੂ ਡੇਟ ਆਪਾਂ ਸ਼ੇਅਰ ਕਰਦੇ ਰਹਿੰਦੇ ਆਂ ਟਾਈਮ ਟੂ ਟਾਈਮ ਸੋ ਜਿਨ੍ਹਾਂ ਨੇ ਉਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨੂੰ ਵੀ ਕਰ ਲਿਓ ਤੇ ਬਾਕੀ ਜਿਨ੍ਹਾਂ ਨੇ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਖੁਸ਼ ਖਬਰੀ ਦੱਸਣ ਤੋਂ ਪਹਿਲਾਂ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਜਿਹੜਾ ਉਹਨਾਂ ਨੂੰ ਲਾਭ ਦਾ ਤੁਹਾਡਾ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੇ ਦੋਸਤੋ ਗੱਲ ਕਰਦੇ ਹਾਂ ਉਹਨਾਂ ਦੇ ਸਭ ਤੋਂ ਪਹਿਲਾਂ ਤੇ ਇਟਾਲੀਨ ਖਬਰਾਂ ਤੇ ਚੱਲਾਂਗੇ ਬਾਅਦ ਦੇ ਵਿੱਚ ਤੇ ਉਸ ਤੋਂ ਬਾਅਦ ਦੱਸਾਂਗੇ ਮੇਨਵੇਂ ਜਾਣਕਾਰੀ ਨੂਲੇ ਉਸਤਿਆਂ ਬਾਰੇ ਲਾਸਟ ਤੇ ਤੇ ਬੀਤੇ ਕੱਲ ਆਪਾਂ ਦੱਸਿਆ ਸੀਗਾ ਵੀ ਜਿਹੜੇ ਨੂਲੇ ਉਸਤੇ ਨਿਕਲੇ ਸੀਗੇ ਨਾਪोली ਤੋਂ ਚੈਂਸਾ ਲਾਤੀਨਾ ਬੈਰਗਾਮੋ ਦੇ ਸਲਰਨੋ ਤੋਂ ਤੇ ਵੀ ਕੰਮ ਚੱਲ ਪਿਆ ਸੀਗਾ ਤੇ ਅੱਜ ਆਪਣੇ ਕੋਲੇ ਆਈ ਹੈ ਅਪਡੇਟ ਜਿਹੜੀ ਪਿਛਲੇ 24 ਘੰਟਿਆਂ ਦੀ ਅਪਡੇਟ ਨਵੇਂ ਨੂਲੇ ਉਸਤਿਆਂ ਦੀ ਨਵੇਂ ਮਤਲਬ ਕਈ ਤਰੀਕ ਜਿਹੜੇ ਮੇਰੇ ਵੀਰ ਆਪਾਂ ਦੱਸਦੇ ਆ ਠੀਕ ਆ ਆਪਾਂ ਅਪ ਟੂ ਡੇਟ ਜਿਹੜੀ ਇਹ WhatsApp ਗਰੁੱਪ ਵਿੱਚ ਤਾਂ ਸ਼ੇਅਰ ਕਰਦੇ ਰਹਿੰਦੇ ਹੁੰਨੇ ਆ ਜਦੋਂ ਵੀ ਕਹੇ ਮੇਰੇ ਵੀਰ ਦਾ ਮੈਸੇਜ ਆਉਂਦਾ ਫੋਟੋ ਆਉਂਦੀ ਆ ਆਪਾਂ ਗਰੁੱਪਾਂ 'ਚ ਸ਼ੇਅਰ ਕਰ ਦਿੰਦੇ ਹੁੰਨੇ ਆ ਤੇ ਪਰ ਕਈ ਮੇਰੇ ਵੀਰ ਨਹੀਂ ਗਰੁੱਪਾਂ 'ਚ ਐਡ ਹੋ ਸਕਦੇ ਉਹਨਾਂ ਨੂੰ ਦੱਸ ਦਿੰਦੇ ਆ ਵੀ ਬੀਤੇ ਕੱਲ੍ਹ ਜਿਹੜੇ ਨੂਲੇ ਉਸੇ ਨਿਕਲੇ ਆ ਇੱਕ ਲੈਚੇ ਤੋਂ ਨਿਕਲੇ ਲੈਚੇ ਤੋਂ 9:00 ਵਜ ਕੇ 00 ਮਿੰਟ ਤੇ 24 ਸੈਕਿੰਡ ਦਾ ਟਾਈਮ ਸੀ ਲੈਚੇ ਤੋਂ 9 ਮਹੀਨੇ ਦਾ ਨੂਲਾ ਉਸਦਾ ਦੋ ਆਇਆ ਨਾਪੋਲੀ ਤੋਂ ਬੀਤੇ ਕੱਲ੍ਹ 9:00 ਵਜਕੇ ਤੇ 7 ਸੈਕਿੰਡ ਤਾਂ ਟਾਈਮ ਸੀ ਇੱਕ ਦਾ ਇੱਕ ਦਾ 9:00 ਵਜਕੇ ਤੇ 12 10 12 ਸੈਕਿੰਡ ਦਾ ਟਾਈਮ ਸੀ ਉਹਦਾ ਟਾਈਮ ਨਹੀਂ ਕਲੀਅਰ ਆਪਾਂ ਨੂੰ ਤੇ ਇੱਕ ਪਚੈਂਸਾ ਤੋਂ ਨੂਲਾਸ ਤੋਂ 9ਵੇਂ ਦਿਨ ਲਾ ਜਾਰੀ ਹੋਇਆ ਤੇ ਰਵੀਗੋ ਤੋਂ ਰਵੀਗੋ ਸਿਟੀ ਤੋਂ ਰਵੀਗੋ ਤੋਂ 9ਵੇਂ ਦਿਨ 9:00 ਵਜਕੇ ਤੇ 45 ਸੈਕਿੰਡ ਦਾ ਟਾਈਮ ਸੀ ਤੇ ਉਹ ਮੇਰੇ ਵੀਰ ਨੂੰ ਨੂਲਾ ਉਸਤਾ ਹੀ ਮਿਲ ਚੁੱਕਾ ਤੇ 5 ਮਈ ਦੀ ਵੀਰ ਦੀ ਅਪਾਇੰਟਮੈਂਟ ਆ ਮੇਰੇ ਹਿਸਾਬ ਨਾਲ ਇਹ ਵੀਰ ਪਹਿਲਾ ਹੋਣਾ ਜਿਹੜਾ ਇਸ ਨਵੇਂ 2000 ਬਾਈ 2007 ਨਵੇਂ ਪੇ ਇਟਲੀ ਜਾਣ ਵਾਲਾ ਪਹਿਲਾ ਬੰਦਾ ਹੂ ਕਿਉਂਕਿ ਅਪਾਇੰਟਮੈਂਟ 5 ਮਈ ਦੀ ਆ ਤੇ 5-7 ਦਿਨਾਂ ਚ ਵੀਜ਼ਾ ਮਿਲ ਜਾਣਾ ਤੇ ਮੇਰੇ ਵੀਰ ਨੇ ਮੇਰੇ ਸਾਬਨਾ ਮਈ ਮਈ ਦੇ ਵਿੱਚ ਇਟਲੀ ਦੇ ਵਿੱਚ ਪੈਰ ਰੱਖ ਲੈਣਾ ਤੇ ਦੋ ਨੂਲੇ ਉਸਤੇ ਪਾਰਮਾ ਤੋਂ ਨਿਕਲੇ 9 ਮਹੀਨੇ ਵਾਲੇ ਇੱਕ ਵਰੋਨਾ ਤੋਂ ਆਇਆ 9 ਵਜੇ ਕਿ ਟਾਈਮਿੰਗ ਸੀਗਾ 9 ਵਜੇ 3 ਮਿੰਟ 55 ਸੈਕਿੰਡ ਤੇ ਕਸਹਿਰਤਾ ਤੋਂ ਕਸਹਿਰਤਾ ਤੋਂ 15 ਨੂਲੇ ਉਸਤਿਆਂ ਦੀ ਅਪਡੇਟ ਆ ਰਹੀ ਆ ਸਭ ਤੋਂ ਵੱਡੀ ਅਪਡੇਟ ਕਸਹਿਰਤਾ ਤੋਂ ਆ ਰਹੀ ਆ ਇੱਕ ਮੇਰੇ ਵੀਰ ਨੇ ਆਪਾਂ ਦੱਸਿਆ ਤੇ 1 ਨੂੰ ਲੈ ਉਸਦੀ ਦੀ ਫੋਟੋ ਵੀ ਭੇਜੀ ਆ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਜਿਹੜੇ 15 ਨੂੰ ਲੈ ਉਸਤੇ ਆ ਤੇ ਇਹਨਾਂ ਦਾ ਟਾਈਮਿੰਗ ਸੀਗਾ 2 ਮਿੰਟ ਤੋਂ ਲੈ ਕੇ 7 ਮਿੰਟ ਦੇ ਵਿੱਚ ਵਿੱਚ 9:02 ਤੋਂ ਲੈ ਕੇ 7 ਮਿੰਟ ਦੇ ਵਿੱਚ ਵਿੱਚ ਸਾਰਿਆਂ ਦਾ ਟਾਈਮਿੰਗ ਸੀਗਾ ਤੇ ਇੱਕ ਦੀ ਜਿਹੜੀ ਫੋਟੋ ਮੇਰੇ ਵੀਰ ਦੀ ਆਪਦੀ ਫੋਟੋ ਆਣੀ ਮੈਨੂੰ ਆਪ ਨੂੰ ਭੇਜਦੀ ਤੇ ਕਹੇ ਦੀਆਂ ਫੋਟੋ ਅਜੇ ਤੱਕ ਆਪਣੇ ਕੋਲੇ ਬਾਕੀਆਂ ਨਹੀਂ ਪਹੁੰਚਿਆ ਨਹੀਂ ਆ ਤੇ ਬਾਕੀ ਹੋਰ ਵੀ ਮੈਸੇਜ ਬਹੁਤ ਆਏ ਆ ਆਪ ਨੂੰ ਕਮੈਂਟ ਵੀ ਮੈਸੇਜ ਵੀ ਬਹੁਤ ਆਉਂਦੇ ਰਹਿੰਦੇ ਆ ਪ੍ਰਾਈਵੇਟ ਮੈਸੇਜ ਕਰਦੇ ਆ ਬ੍ਰਵੀਰ ਗਰੁੱਪਾਂ ਸ਼ੇਅਰਿੰਗ ਕਰਦੇ ਗਰੁੱਪਾਂ 'ਚ ਆਪਾਂ ਹੀ ਸ਼ੇਅਰ ਕਰਦੇ ਆ ਕਿਉਂਕਿ ਫਿਰ ਜ਼ਿਆਦਾ ਗਰੁੱਪਾਂ 'ਚ ਭਗਦਲ ਮਚ ਜਾਂਦੀ ਐ ਤੇ ਆ ਖਬਰਾਂ ਰਿਕਾਰਡ ਕਰਨ ਤੱਕ ਹੁਣੇ ਆਪਾਨੂੰ ਇੱਕ ਵੀਰ ਦਾ ਮੈਸੇਜ ਆਇਆ ਦੁਬਈ ਤੋਂ ਦੁਬਈ ਤੋਂ ਵੀਰ ਕੰਮ ਕਰਦਾ ਦੁਬਈ ਤੋਂ ਪੇਪਰ ਭਰੇ ਸੀ ਕਿਉਂਨੇ ਰੋਮਾ ਦੇ ਵਿੱਚ ਰੋਮਾ ਤੋਂ 9 ਮਹੀਨਿਆਂ ਦਾ ਨੂਲਾ ਉਸਤਾ ਵੀ ਨਿਕਲਿਆ ਵੀਰ ਦਾ ਤੇ ਉਹਨੂੰ ਪਹਿਲਾਂ ਮੇਲ ਆਈ ਸੀ ਕਨਫਰਮੇਸ਼ਨ ਦੀ ਮੇਲ ਆਈ ਸੀਗੀ ਤੇ ਹੁਣ ਮੇਰੇ ਵੀਰ ਨੂੰ ਨੂਲਾ ਉਸਤਾ ਵੀ ਮਿਲ ਚੁੱਕਾ ਤੇ ਦੁਬਈ ਤੋਂ ਆਪਣੀ ਟਿਕਟ ਕਰਾ ਰਿਹਾ ਮੇਰੇ ਵੀਰ ਜਲਦੀ ਤੇ ਮਤਲਬ ਤਕਰੀਬਨ ਬੀਤੇ ਕੱਲ ਆਪਣੇ ਕੋਲੇ ਖਬਰਾਂ ਰਿਕਾਰਡ ਕਰਨ ਤੱਕ 25 ਨੂੰ ਲਿਓਸ ਤੇ ਨੀਆਂ ਅਪਡੇਟ ਆ ਚੁੱਕੀਆਂ ਤੇ ਬਾਕੀ ਇਹ ਤਾਂ ਮੈਂ ਹੈ ਨਹੀਂਗਾ ਮੈਂ ਪਹਿਲੇ ਕਹਿੰਦਾ ਨਾ ਵੀ ਮੈਂ ਸਾਰੇ ਇਟਲੀ ਤੁਰਿਆ ਫਿਰਦਾ ਵੀ ਸਾਰਿਆਂ ਦਾ ਪਤਾ ਹੋਵੇ ਜਿੰਨਾਂ ਜਿੰਨਾਂ ਕੇ ਆਪਣੇ ਕੋਲੇ ਪਹੁੰਚ ਗਾ ਮਤਲਬ 25 ਨੂੰ ਲਿਓਸ ਤੇ ਬੀਤੇ ਕੱਲ ਕੱਲ ਆਏ ਆ ਤੇ ਇਸੇ ਤਰ੍ਹਾਂ ਹੀ ਸਾਰੇ ਇਟਲੀ ਦੇ ਵਿੱਚ ਦੋਸਤ ਕੰਮ ਚੱਲ ਪਿਆ ਜਿਹੜੇ ਮੇਰੇ ਵੀਰਾਂ ਦੇ ਪੇਪਰ ਭਰੇ ਹੋਏ ਆ ਬਸ ਹੁਣ ਦੇਰ ਕੋਈ ਨਹੀਂ ਤੇ ਇਹ ਲਗਾਤਾਰ ਨਿਕਲੇ ਹੋਣੇ ਨੂੰ ਲਿਓਸ ਤੇ ਦੇ ਵੇੜਾ ਕਰ ਲੋ ਜਿਨ੍ਹਾਂ ਦੇ ਨਹੀਂ ਨਿਕਲੇ ਉਹਨਾਂ ਦੇ ਵੀ ਜਰੂਰ ਨਿਕਲਣਗੇ ਤੇ ਬਾਕੀ ਜਿਹੜੇ ਮੇਰੇ ਵੀਰ ਕਹਿੰਦੇ ਆ ਭਈ ਆ ਲੇਟ ਟਾਈਮ ਵਾਲੇ ਨਿਕਲੇ ਆ ਤੇ ਸਾਡੇ ਨਹੀਂ ਨਿਕਲੇ ਉਹਨਾਂ ਵਾਸਤੇ ਮੈਂ ਲਾਸਟ ਤੇ ਜਾਣਕਾਰੀ ਸ਼ੇਅਰ ਕਰਦਾ ਵੀ ਪਹਿਲਾਂ ਵਾਲਿਆਂ ਦੇ ਹਜੇ ਘੱਟੋਂ ਨਹੀਂ ਨਿਕਲੇ ਤੇ ਲੇਟ ਟਾਈਮਿੰਗ ਸੀਗਾ ਜਿਹਦਾ 9:00 ਤੇ 3 ਮਿੰਟ ਜਿਵੇਂ 9:00 ਤੇ 7 ਮਿੰਟ ਉਹਨਾਂ ਦੇ ਹੀ ਨਿਕਲਣੇ ਸ਼ੁਰੂ ਹੋ ਗਏ ਆ ਤੇ ਉਹਨਾਂ ਦੀ ਗੱਲ ਸ਼ੇਅਰ ਕਰਦਾ ਚੱਲਦੇ ਆ ਪਹਿਲਾਂ ਇਟਾਲੀਅਨ ਖਬਰਾਂ ਆਲ ਇਟਾਲੀਅਨ ਖਬਰਾਂ ਸਾਊਥ ਆਵਰਡੀ ਖਾ ਮੇਰਾ ਅਪਡੇਟ ਆ ਰਿਹਾ ਇਟਲੀ ਦੇ ਵਿੱਚ ਜਿਹੜੇ ਮੇਰੇ ਵੀਰ ਲੈ ਰਹੇ ਸੀਗੇ ਰੇਜਟੋ ਦੀ ਚਿਤਾਈ ਦਾ ਅੰਸਾਰ ਰੇਜਟੋ ਦੀ ਚਿਤਾਈ ਦਾ ਅੰਸਾਰ ਨੂੰ 1 ਜਨਵਰੀ 2023 ਤੋਂ ਅਲਵਿਦਾ ਸਦਾਸ ਤੇ ਕਹਿ ਦਿੱਤਾ ਜਾਣਾ ਇਟਲੀ ਦੇ ਵਿੱਚੋਂ ਤੇ ਵੈਲਕਮ ਸਵਾਗਤ ਕੀਤਾ ਜਾਣਾ ਸਹਿਣੀਓ ਦੀ ਇਨਕਲੂਜ਼ਿਓ ਨੇ ਸਹਿਣੀਓ ਦੀ ਇਨਕਲੂਜ਼ਿਓ ਨੇ ਉਹੀ ਚੀਜ਼ ਆ ਜਿਵੇਂ ਜਿਉਂ ਆਪਾਂ ਰਾਈ ਤੇ ਜਿੰਨਾ ਧਿਆਨ ਦਾ ਕਹਿੰਦੇ ਸੀ ਉਹੀ ਚੀਜ਼ ਇਹਨਾਂ ਨੇ ਨਾਂ ਬਦਲਤਾ ਬਸ ਸਿਰਫ ਇਹਦੇ ਵਿੱਚ ਥੋੜੇ ਜਿਹਾ ਕਾਨੂੰਨਾਂ ਦੇ ਫਰਕ ਪਏ ਆ ਬਾਕੀ ਇਹ ਮਿਲੂਗੀ 300 ਯਰੋ ਤੋਂ ਲੈ ਕੇ 500 ਯਰੋ ਤੱਕ ਜਿਹੜੀ ਅਸੈਨਿਓ ਦੀ ਇਨਕਲੂਜੀਵ ਨੇ ਮਿਲੂਗੀ ਪਹਿਲਾਂ ਦਾ ਨਾਂ ਇਹਨਾਂ ਨੇ ਸਰਕਾਰ ਨੇ ਮੀਆਂ ਰੱਖਿਆ ਸੀ ਮੀਆਂ ਹੁਣ ਮੀਆਂ ਦਾ ਨਾਂ ਬਦਲ ਕੇ ਇਹਨਾਂ ਨੇ ਅਸੈਨਿਓ ਦੀ ਇਨਕਲੂਜੀਵ ਨੇ ਰੱਖਤਾ ਬਾਕੀ ਇਹ ਸਾਰਿਆਂ ਨੂੰ ਨਹੀਂ ਮਿਲਣੀ ਉਹੀ ਉਹਨਾਂ ਉਹੀ ਮੇਰੇ ਵੀਰ ਹੱਕਦਾਰ ਹੋਣਗੇ ਜਿਹੜੇ ਬਿਲਕੁਲ ਕੰਮ ਨਾ ਕਰਨ ਦੇ ਯੋਗ ਹੋਣਗੇ ਸੀਨੀਅਰੋ ਦੀ ਇਨਕਲੂਸਿਵ ਨੇ ਉਹਦੇ ਵਾਸਤੇ ਈਜੇ ਜਿਹੜੀ 9360 ਰੁਪਏ ਤੋਂ ਘੱਟ ਈਜੇ ਚਾਹੀਦੀ ਹੈ ਤੇ ਜਿਹੜੀ ਘਰ ਦੀ ਮਾਲਕੀ ਹੈ ਮਤਲਬ ਜੇ ਆਪਣਾ ਘਰ ਆ ਕਿਸੇ ਦਾ ਤੇ 30000 ਤੋਂ ਵੱਧ ਉਸ ਘਰ ਦੀ 30000 ਰੁਪਏ ਤੋਂ ਵੱਧ ਉਸ ਘਰ ਦੀ ਕੀਮਤ ਨਾ ਹੋਵੇ ਇਹ 18 ਮਹੀਨੇ ਤੱਕ ਮਿਲੂਗੀ ਸੀਨੀਅਰੋ ਦੀ ਇਨਕਲੂਸਿਵ ਨੇ ਤੇ ਪਲੱਸ 12 ਮਹੀਨੇ ਵਾਸਤੇ ਇਹਨੂੰ ਰੀਨਿਊ ਕੀਤਾ ਜਾ ਸਕਦਾ ਇਹਦੀ ਫੁੱਲ ਵੀਡੀਓ ਆਪਾਂ ਬਾਅਦ ਚ ਸ਼ੇਅਰ ਕਰਾਂਗੇ ਇਹ ਵੀਡੀਓ ਬਹੁਤ ਲੰਬੀ ਹੋ ਜਾਣੀ ਹੈ ਗੱਲ ਕਰਦੇ ਆਂ ਇਟਲੀ ਦੇ ਵਿੱਚ ਕਰੋਨਾ ਦੀ ਰਿਪੋਰਟ ਅਪ੍ਰੈਲ ਮਹੀਨੇ ਦੀ ਅਪ੍ਰੈਲ ਮਹੀਨੇ ਦੇ ਵਿੱਚ 440 ਕਰੋਨਾ ਦੇ ਨਵੇਂ ਮੱਤਾਂ ਹੋਈਆਂ ਤੇ 87733 ਨਵੇਂ ਮਰੀਜ਼ ਕਰੋਨਾ ਦੇ ਇਟਲੀ ਦੇ ਵਿੱਚ ਆਏ ਆ ਤੇ ਪਿਛਲੇ ਸਾਲ ਨਾਲੋਂ 95% ਘਟਾ ਜਿਹੜੀ ਮੌਤ ਦਰ ਦਰਜ ਕੀਤੀ ਗਈ ਆ ਬਾਕੀ ਜਿਹੜਾ ਨਵਾਂ ਵੇਰੀਐਂਟ ਇਟਲੀ ਦੇ ਵਿੱਚ ਆਇਆ ਉਹ ਵੀ ਇੰਡੀਆ ਦੀ ਦੇਣੀ ਆ ਇੰਡੀਆ ਤੋਂ ਨਵਾਂ ਵੇਰੀਐਂਟ ਆਇਆ ਆ ਆਰਤੂਰੋ ਵੇਰੀਐਂਟ ਦੱਸਿਆ ਗਿਆ ਜਿਹੜਾ ਬੱਚਿਆਂ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਉਹ ਇਡਲੀ ਦੇ ਵਿੱਚ ਵੀ ਪਹੁੰਚ ਚੁੱਕਾ ਤੇ ਬਾਕੀ 1 ਮਈ ਤੋਂ ਜਿਹੜਾ ਇਹ ਹਸਪਤਾਲਾਂ ਦੇ ਵਿੱਚ ਜਾਂ ਕਲੀਨਿਕਾਂ ਦੇ ਵਿੱਚ ਸਰਕਾਰ ਵੱਲੋਂ ਕਾਨੂੰਨ ਜਾਰੀ ਕਰ ਦਿੱਤਾ ਕਿ ਵੀ ਮੈਂ ਮਾਸਕਾ ਜਿਹੜਾ ਲਾਜ਼ਮੀ ਕਰ ਦਿੱਤਾ ਜਾਣਾ 1 ਮਈ ਤੋਂ ਤੇ ਚਲਦੇ ਆਂ ਅਗਲੀ ਖਬਰ ਖਬਰ ਜਿਹੜੀ ਆ ਰਹੀ ਹੈ ਮਿਲਾਨ ਨੂੰ ਚਿੰਤਰਾਲੇ ਮਿਲਾਨ ਨੂੰ ਚਿੰਤਰਾਲੇ ਸਟੇਸ਼ਨ ਦੇ ਉੱਤੇ ਇੱਕ ਔਰਸਨਲ ਹੋਇਆ ਬਲਾਤਕਾਰ 36 ਸਾਲਾ ਜਿਹੜੀ ਇਹ ਨਾਰਵੇ ਦੀ ਰਹਿਣ ਵਾਲੀ ਔਰਤਾਂ ਜਿਹੜੀ ਕਿ ਇਸ ਘਟਨਾ ਦਾ ਸ਼ਿਕਾਰ ਹੋਈ ਹੈ ਇਹ ਕੱਲ ਸਵੇਰੇ ਦੀ ਘਟਨਾ ਇਹ ਔਰਤ ਨੇ ਜਿਹੜੀ ਟ੍ਰੇਨ ਫੜਨੀ ਸੀਗੀ ਮਿਲਾਨੋਂ ਚੰਤਰਾਲੇ ਤੋਂ ਪੈਰਸ ਵਾਸਤੇ ਟ੍ਰੇਨ ਫੜਨੀ ਸੀ ਸਵੇਰੇ 6 ਵਜੇ ਦੀ ਟ੍ਰੇਨ ਸੀ ਇਹਦੀ ਤੇ ਇਹ ਜਦੋਂ ਸਟੇਸ਼ਨ ਦੇ ਉੱਤੇ ਪਲੇਟਫਾਰਮਾਂ ਤੇ ਜਾਣ ਵਾਸਤੇ ਲੈਫਟਾਂ ਦੇ ਵਿੱਚ ਜਾਣ ਲੱਗੀ ਤੇ ਲੈਫਟ ਦੇ ਵਿੱਚ ਖਿੱਚ ਕੇ ਧੱਕੇ ਨਾਲ ਜਿਹੜਾ ਮਾਰੋਕੋ ਮੂਲ ਦਾ ਵਾਸੀ ਇੱਕ 27 ਸਾਲ ਦਾ ਸਹਿਨ ਦਾ ਜਿਹੜਾ ਕਿ ਬਿਨਾ ਪੇਪਰਾਂ ਤੋਂ ਬੰਦਾ ਦੱਸਿਆ ਜਾਂਦਾ ਉਸ ਨੇ ਇਸ ਲੇਡੀ ਨਾਲ ਨਾਲ ਜਿਹੜੀ ਬੱਸ ਲੋਕੀ ਕੀਤੀ ਹੈ ਤੇ ਹੁਣ ਇਸ ਨੂੰ ਗੈਰਫਜ਼ਰ ਕਰ ਲਿਆ ਗਿਆ ਇਹਦੇ ਤੇ ਜੋਰਜਾ ਮਲੋਨੀ ਦਾ ਵੀ ਤਿੱਖਾ ਬਿਆਨ ਆਇਆ ਵੀ ਇਸ ਤਰ੍ਹਾਂ ਦੇ ਸ਼ਖਸ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ ਤੇ ਤੁਨੀਸ਼ੀਆ ਤੋਂ ਖਬਰ ਆ ਰਹੀ ਹੈ ਤੁਨੀਸ਼ੀਆ ਦੇ ਵਿੱਚ ਮਿਲੀਆਂ 210 210 ਵਿਦੇਸ਼ੀਆਂ ਦੀਆਂ ਲਾਸ਼ਾਂ ਪਿਛਲੇ 10 ਦਿਨਾਂ ਦੇ ਵਿੱਚ 18 April ਤੋਂ ਲੈ ਕੇ 27 April ਤੱਕ ਤੁਨੀਸ਼ੀਆ ਦਾ ਜਿਹੜਾ ਕੋਸਟ ਗਾਰਡ ਕੋਸਟ ਗਾਰਡ ਆ ਜਿਹੜੀ ਉੱਥੋਂ ਦੀ ਸਪੈਸ਼ਲ ਸੁਰੱਖਿਆ ਫੋਰਸ ਉਨ੍ਹਾਂ ਦੁਆਰਾ ਇਹ ਜਿਹੜਾ ਦਾਵਾ ਕੀਤਾ ਗਿਆ ਵੀ ਜਿਹੜੇ 210 ਲਾਸ਼ਾਂ ਮਿਲਣ ਦਾ ਦਾਵਾ ਕੀਤਾ ਗਿਆ ਦੱਸਿਆ ਜਾਂਦਾ ਵੀ ਇਹ ਸਾਰੀਆਂ ਲਾਸ਼ਾਂ ਜਿਹੜੀਆਂ ਉਪਸਾਰੰਦੀਆਂ ਅਫਰੀਕੀ ਮੂਲ ਦੀਆਂ ਇਹ ਵਾਸੀ ਸੀਗੇ ਜਿਨ੍ਹਾਂ ਦੀਆਂ ਲਾਸ਼ਾਂ ਮਿਲੀਆਂ ਟੁਨੀਸ਼ੀਆ ਤੇ ਸਮੁੰਦਰੀ ਤੱਟ ਦੇ ਉੱਤੇ ਗੱਲ ਕਰਦੇ ਆ ਬਲੌਣੀਆਂ ਤੋਂ ਖਬਰ ਆ ਰਹੀ ਹੈ ਬਲੌਣੀਆਂ ਤੋਂ ਖਬਰ ਆ ਰਹੀ ਹੈ ਆਪਣੀ ਇੱਕ ਇੰਡੀਅਨ ਕੁੜੀ ਨੇ ਆਪਣੇ ਮਾਪਿਆਂ ਤੇ ਕੀਤਾ ਕੇਸ ਇਹ 19 ਸਾਲ ਦੀ ਇਹਦੀ ਉਮਰ ਦੱਸੀ ਜਾਂਦੀ ਹੈ ਕੁੜੀ ਦੀ ਇਹ ਭਾਰਤੀ ਮੂਲ ਦੀ ਕੁੜੀ ਆ ਇੰਡੀਅਨ ਕੁੜੀ ਆ ਜਿਨੇ ਕੇ ਸਕੂਲ ਦੇ ਵਿੱਚ ਜਾ ਕੇ ਚਿਰਾਂ ਨੂੰ ਸਾਰੀ ਆਪਣੀ ਵਾਰਦਾਤ ਜਿਹੜੀ ਕਹਾਣੀ ਜਿਹੜੀ ਸੁਣਾਈ ਤੇ ਉਸਨੇ ਦੱਸਿਆ ਕਿ ਉਸਦੇ ਮਾਪੇ ਜਿਹੜੇ ਉਸਦਾ ਵਿਆਹ ਜ਼ਬਰਦਸਤੀ ਕਰਾਉਣਾ ਚਾਹੁੰਦੇ ਆ ਕਿਸੇ ਹੋਰ ਦੇ ਨਾਲ ਪਰ ਉਹ ਕਿਸੇ ਹੋਰ ਇੰਡੀਅਨ ਮੁੰਡੇ ਨੂੰ ਜਿਹਦੀ ਉਮਰ 23 ਸਾਲਾ ਉਹਨੂੰ ਪਿਆਰ ਕਰਦੀ ਆ ਤੇ ਜਿਸ ਦੇ ਕਰਕੇ ਉਹਦੇ ਮਾਪਿਆਂ ਵੱਲੋਂ ਮਾਪਿਓ ਵੱਲੋਂ ਤੇ ਚਾਚੇ ਵੱਲੋਂ ਘੁੱਟਿਆ ਵੀ ਜਾਂਦਾ ਤੇ ਉਹਨੇ ਕਿਹਾ ਵੀ ਮੇਰੀ ਮਾਂ ਨੇ ਮੇਰੇ ਢਿੱਡ ਦੇ ਵਿੱਚ ਪੇਟ ਦੇ ਵਿੱਚ ਲਤਾਈ ਮਾਰੀਆਂ ਕਈ ਵਾਰੀ ਤੇ ਮੈਨੂੰ ਨੀਂਦੀਆਂ ਗੋਹਾਂ ਦੇ ਕੇ ਸਵਾਇਆ ਵੀ ਜਾਂਦਾ ਤੇ ਉਸ ਤੋਂ ਬਾਅਦ ਮੇਰਾ ਫੋਨ ਵੀ ਖੋ ਲਿਆ ਗਿਆ ਤੇ ਮੈਨੂੰ ਕਈ ਦਿਨ ਸਕੂਲ ਵੀ ਨਹੀਂ ਭੇਜਿਆ ਗਿਆ ਇਹ ਕਹਿ ਕੇ ਵੀ ਇਹ ਇਸ ਨੂੰ ਕੋਵਿਡ ਹੋਇਆ ਹੋਇਆ ਤੇ ਹੁਣ ਮਾਪਿਆਂ ਦੇ ਉੱਤੇ ਜਿਹੜਾ ਕੇਸ ਆ ਜਿਹੜਾ ਦਰਜ ਕੀਤਾ ਗਿਆ ਕੁੜੀ ਆ ਜਿਹੜੀ ਕੁੜੀ ਇਹ ਸਪੈਸ਼ਲ ਸਕਿਉਰਿਟੀ ਫੋਰਸ ਦੇ ਅੰਡਰ ਮਤਲਬ ਮਾਪਿਆਂ ਦੀ ਪਹੁੰਚ ਤੋਂ ਬਾਹਰ ਕਰ ਲਈ ਗਈ ਆ ਕੁੜੀ ਦੇ ਬਚਾਸ ਤੇ ਕਿਉਂਕਿ ਕੁੜੀ ਬਾਲਗ ਹੋ ਚੁੱਕੀ ਹੈ 18 ਸਾਲ ਦੀ ਉਮਰ ਤੋਂ ਵੱਧ ਆ ਤੇ ਉਸ ਸਨੇ ਜਿਹੜਾ ਮਾਪਿਆਂ ਦੇ ਉੱਤੇ ਆਪਾਂ ਕੇਸ ਕਰ ਦਿੱਤਾ ਇਹਦਾ ਨਾਂ ਪਤਾ ਦੋਸਤੋ ਵੀਰਾਂ ਦਾ ਹੈ ਇੰਡੀਅਨ ਫੈਮਿਲੀ ਹੈ ਤੇ ਨਾਂ ਪਤਾ ਆਪਾਂ ਗੋਪਤ ਰੱਖਦੇ ਹਾਂ ਕਿਉਂਕਿ ਇਹਦੇ ਵਿੱਚ ਆਪਣੀ ਭਾਈਚਾਰੇ ਦੀ ਜ਼ਿਆਦਾ ਬੇਇੱਜ਼ਤੀ ਹੁੰਦੀ ਹੈ ਮਲੋਨੀ ਇੰਗਲੈਂਡ ਗਈ ਸੀ ਅਗਲੀ ਖਬਰ ਦੱਸਦੇ ਆਂ ਵੀ ਮਲੋਨੀ ਇੰਗਲੈਂਡ ਦੇ ਗਈ ਸੀ ਕੱਚੇ ਬੰਦਿਆਂ ਵਾਸਤੇ ਇਹ ਬੈਡ ਨਿਊਜ਼ ਵੀ ਕਹਿ ਸਕਦੇ ਆਂ ਮਲੋਨੀ ਇੰਗਲੈਂਡ ਜਾਣ ਦਾ ਕਾਰਨ ਤੁਹਾਨੂੰ ਮੈਂ ਕੱਲ ਵੀ ਦੱਸਿਆ ਸੀ ਵੀ ਮਲੋਨੀ ਇੰਗਲੈਂਡ ਗਈ ਉਹਨਾਂ ਨੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਰੀਸ਼ੀ ਸੋਨਿਕ ਤੇ ਮਲੋਨੀ ਦੇ ਵਿੱਚ ਕਰ ਕਈ ਸਮਝੌਤੇ ਹੋਏ ਆ ਜਿਹੜੇ ਕਿ ਖਬਰਾਂ ਦਾ ਵਿਸ਼ਾ ਬਣੇ ਰਹੇ ਆ ਤੇ ਤੁਹਾਨੂੰ ਪਤਾ ਹੀ ਆ ਵੀ ਪਿਛਲੇ ਸਾਲਾਂ ਦੇ ਵਿੱਚ ਇੱਕ ਲੈਂਡ ਆ ਜਿਹੜਾ ਉਸ ਉਹ ਇਸ ਚੱਕਰ ਦੇ ਵਿੱਚ ਸੀ ਜਿਹੜੇ ਗੈਰ ਕਾਨੂੰਨੀ ਉੱਥੇ ਆਉਂਦੇ ਆ ਲੈਂਡ ਦੇ ਵਿੱਚ ਉਹਨਾਂ ਨੂੰ ਰਵਾਂਡਾ ਭੇਜਣ ਦੇ ਚੱਕਰ ਦੇ ਵਿੱਚ ਸੀ ਇਹਦੇ ਹੁਣ ਖਦਸ਼ਾ ਕੀਤਾ ਜਾ ਰਿਹਾ ਸ਼ੱਕ ਪ੍ਰਗਟਾਇਆ ਜਾ ਰਿਹਾ ਦੋਸਤੋ ਅਜੇ ਖਬਰ ਨਹੀਂ ਕੋਈ ਨਿਕਲ ਕੇ ਸਾਹਮਣੇ ਆਈ ਵੀ ਜਿਹੜਾ ਇਟਲੀ ਦੀ ਪ੍ਰਧਾਨ ਮੰਤਰੀ ਵੀ ਇਟਲੀ ਦੇ ਵਿੱਚ ਵੀ ਮਾਈਗ੍ਰੈਂਟਸ ਦਾ ਜਿਹੜੇ ਇਲੀਗਲ ਬੰਦਿਆਂ ਦਾ ਵਾਧਾ ਹੋ ਰਿਹਾ ਹੈ ਕਸ਼ਤਿਆਂ ਪਰ ਪਰ ਆ ਰਹੇ ਆ ਤੇ ਉਧਰੋਂ ਇੰਗਲੈਂਡ ਨਾਲ ਵੀ ਹੱਥ ਮਲਾ ਲਿਆ ਨੇ ਤੇ ਬੁਰੀ ਖਬਰ ਕੋਈ ਮਲੌਨੀ ਆਸ ਕਰਦੇ ਕੋਈ ਮਲੌਨੀ ਇੰਗਲੈਂਡ ਤੋਂ ਬੁਰੀ ਖਬਰ ਲੈ ਕੇ ਵਾਪਸ ਨਾ ਆਵੇ ਕਿਉਂਕਿ ਇੰਗਲੈਂਡ ਆ ਜਿਹੜਾ ਬੰਦਿਆਂ ਨੂੰ ਰਵਾਂਦਾ ਭੇਜ ਰਿਹਾ ਕਾਨੂੰਨ ਪਾਸ ਹੋ ਚੁੱਕਾ ਸੀ ਵਰਕੇ ਬੰਦੇ ਪਹੁੰਚਣ ਨਹੀਂ ਦਿੱਤੇ ਗਏ ਉੱਥੇ ਇਹ ਹੋ ਸਕਦਾ ਹੈ ਦੋਵੇਂ ਮੁਲਕ ਕੋਈ ਆ ਜੀ ਘਾਟ ਤਨਾ ਕਰ ਲੈਣਾ ਗੱਲ ਕਰਦੇ ਆ ਬੋਨਸ ਅਜ਼ੀਲੋ ਨਹੀਂ ਦੋ ਬੌਂਸ ਅਜ਼ੀਲੋ ਨੀਡੋ ਨਰਸਰੀ ਬੌਂਸ ਜਿਹਨੂੰ ਆਪਾਂ ਕਹਿ ਸਕਦੇ ਹਾਂ 3 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮਿਲਦਾ ਹੈ ਇਹਦੇ ਵਾਸਤੇ 552 ਮਿਲੀਅਨ ਯੂਰੋ ਜਿਹੜੀ ਰਕਮ ਜਾਰੀ ਕੀਤੀ ਗਈ ਹੈ ਸਰਕਾਰ ਵੱਲੋਂ ਤੇ ਇਹਨੂੰ ਅਪਲਾਈ ਕਰਨੇ ਵਾਸਤੇ ਦੋਸਤੋ ਜਦੋਂ ਇਹ ਅਪਲਾਈ ਕਰ ਦਿੰਨੇ ਆਪਾਂ 60 ਸੌਰੀ ਅਪਲਾਈ ਕਰਨ ਤੋਂ 40 ਦਿਨ ਦੇ ਬਾਅਦ ਇਹਦਾ ਰਿਜ਼ਲਟ ਆ ਜਾਂਦਾ ਪਾਸ ਹੋ ਜਾਂਦਾ ਤੇ ਅਪਲਾਈ ਕਰਨ ਦੇ ਵਾਸਤੇ ਤੁਹਾਡੇ ਤੁਹਾਡੇ ਕੋਲ ਇਟਲੀ ਦਾ ਰੈਜ਼ੀਡੈਂਸ ਹੋਣਾ ਚਾਹੀਦਾ ਪਰਮੈਸੋ ਦੀ ਸਜੋਨ ਜਾਂ ਕਰਤਾ ਦੀ ਸਜੋਨ ਹੋਣੀ ਚਾਹੀਦੀ ਹੈ ਜਾਂ ਤੁਹਾਡੇ ਕੋਲ ਇਟਲੀ ਦੀ ਸਟੇਟਿਜਨਸ਼ਿਪ ਹੋਣੀ ਚਾਹੀਦੀ ਆ ਇਹਦੇ ਵਾਸਤੇ ਈਜਾ ਈਜੇ ਕਿੰਨੀ ਚਾਹੀਦੀ ਤੇ ਕਿੰਨਾ ਮਿਲਦਾ ਈਜੇ ਚਾਹੀਦੀ 25000 ਤੱਕ ਜਿਹਦੀ ਉਹਨਾਂ ਨੂੰ ਮਿਲਦਾ 3000 ਯੂਰੋ ਸਾਲ ਦਾ ਜਿਹਦੀ 25 ਤੋਂ 40000 ਤੱਕ ਈਜੇ ਉਹਨਾਂ ਨੂੰ ਮਿਲਦਾ 2500 ਯੂਰੋ ਸਾਲ ਦਾ ਤੇ ਜਿਹਦੀ 40000 ਤੋਂ ਪਲੱਸ ਈਜੇ ਉਹਨਾਂ ਨੂੰ ਮਿਲਦਾ 1500 ਯੂਰੋ ਸਾਲ ਦਾ ਜਿਹੜਾ ਬੋਨਸ ਅਜ਼ੀਲੋ ਨਹੀਂ ਦੋ ਮਿਲਦਾ ਤੇ ਇਹ ਦੋਸਤੋ 30 ਜੂਨ ਤੱਕ ਜਿਹਨੇ ਹਜੇ ਤੱਕ ਅਪਲਾਈ ਨਹੀਂ ਕੀਤਾ ਤੁਸੀਂ 30 ਜੂਨ ਤੱਕ ਅਪਲਾਈ ਕਰ ਸਕਦੇ ਆ ਇੰਪਸ ਦੀ ਵੈਬਸਾਈਟ ਤੇ ਜਾ ਕੇ ਜਾਂ ਕਫ ਜਾਂ ਪਤਰੋਨਾਤੋ ਦੇ ਤਰੂ ਵੀ ਤੁਸੀਂ ਅਪਲਾਈ ਇਹ ਕਰਾ ਸਕਦੇ ਆ ਬਾਕੀ ਦੋਸਤੋ ਇਹ ਸੀ ਮੇਨ ਮੇਨ ਅਪਡੇਟ ਮੇਨ ਮੇਨ ਜਾਣਕਾਰੀ ਜੁੜੇ ਰਹੋ ਨਵੀਂ ਅਪਡੇਟ ਆਸਤੇ ਆਪਣੇ ਚੈਨਲ ਨਾਲ ਕਰ ਲਓ ਸਬਸਕ੍ਰਾਈਬ ਮਿਲਦੇ ਆਂ ਅਗਲੀ ਅਪਡੇਟ ਲੈ ਕੇ ਤਦ ਤੱਕ ਦੇਵਾ ਗਿਆ ਸਸਰੀ ਕਾਲ ਸਾਰਿਆਂ ਨੂੰ